ਤੇ ਖਾਦ ਪਾਉਣ ਜਾ ਰਹੇ ਹਾਂ ਇੱਧਰ, ਇੱਕ ਆ ਯੂਟਿਊਬ ਵਾਲੀ ਲੇਬਰ, ਇੱਕ ਆਪਣੀ ਦੇਸੀ ਲੇਬਰ, ਤੇ ਇੱਕ ਆਪਣੀ ਨਵੀਂ ਲੇਬਰ ਆਈ ਹੈ ਕੈਨੇਡਾ ਤੋਂ। ਇਹ ਆਪਣਾ ਛੋਟਾ ਭਰਾ ਕੈਨੇਡਾ ਤੋਂ ਆਇਆ ਹਫ਼ਤਾ ਕੁ ਪਹਿਲਾਂ, ਤੇ ਹੁਣ ਇਹਨੂੰ ਸਿੱਧਾ ਖਾਦ ਪਾਉਣ ਲਾ ਰਹੇ ਹਾਂ। ਹੈਲੋ ਕਜ਼ਨ ਕਜ਼ਨ, ਵੈਲਕਮ ਟੂ ਡੇ ਵਿਜ਼ਨ ਵਲੌਗਸ। ਅੱਜ 19 ਦਸੰਬਰ ਤੇ ਬਾਹਰ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ, 11 ਵੱਜ ਚੁੱਕੇ ਆ। ਮੈਂ ਅਜੇ ਐਡੀਟਿੰਗ ਕਰ ਰਿਹਾ ਤੇ ਅੱਜ ਕੰਮ ਬਹੁਤ ਕਰਨੇ ਆ, ਖੇਤ ਮੈਂ ਵੀ ਖਾਦ ਡਾਲਣਾ ਹੈ ਜਾਕਰ। ਔਰ ਅੱਜ ਮੈਂ ਆਪਕੋ ਇੱਕ ਨਏ ਬੰਦੇ ਸੇ ਮਿਲਾਊਂਗਾ, ਆਪਨੇ ਦੇਖਾ ਨਹੀਂ ਹੋਗਾ ਪਹਿਲੇ। ਰੋਟੀ ਤੋਂ ਖਾਲੀ ਹੈ ਵੀ, ਐਡੀਟਿੰਗ ਕਰ ਰਹਾ ਹੂੰ, ਚਾਹ ਚੂ ਪੀ ਕੇ ਫਿਰ ਨਿਕਲਤੇ ਹੈ ਖੇਤੋਂ ਮੈਂ। ਤਬ ਤੱਕ ਥੋੜ੍ਹੀ ਧੂਪ ਧੁੱਪ ਨਿਕਲ ਆਏਗੀ ਨਾ। ਲਓ ਜੀ, 2 ਵੱਜ ਚੁੱਕੇ ਹੈ, ਧੂਪ ਤਾਂ ਆਪ ਅੱਛੀ ਤਰ੍ਹਾਂ ਨਿਕਲ ਆਈ ਹੈ, ਮਤਲਬ ਮੌਸਮ ਸਹੀ ਹੋ ਗਿਆ ਅਬ। ਔਰ ਐਡੀਟਿੰਗ ਮੈਨੇ ਕਰ ਲਈ ਸੀ ਕੰਪਲੀਟ, ਬਲੌਗ ਕੀ ਅੱਜ ਬਲੌਗ ਡਾਲੂੰਗਾ ਸ਼ਾਮ ਕੋ, ਔਰ ਅਬ ਮੈਨੇ ਯੂਟਿਊਬਰ ਮੋਡ ਆਫ ਕਰ ਦੀਆ ਔਰ ਕਿਸਾਨ ਮੋਡ ਆਨ ਕਰ ਰਹਾ ਹੂੰ। ਸੋ ਅਭੀ ਹਮ ਆ ਗਏ ਮੋਟਰ ਤੇ ਔਰ ਯਹਾਂ ਅਬ ਹਮ ਖਾਦ ਡਾਲੇਂਗੇ। ਅੱਜ ਕੰਮ ਬਹੁਤ ਹੈ, ਥੋੜ੍ਹਾ ਲੇਟ ਹੀ ਹੋ ਗਿਆ ਵੈਸੇ। ਇੱਕ ਤੋਂ ਬੰਦਾ ਜੇ ਅਸੀਂ ਆਪ ਜਾਣਦੇ ਹੋ, ਇੱਕ ਉਹ ਆ ਰਿਹਾ ਉਧਰ, ਉਸੇ ਮਿਲਾਤੇ ਹੈ ਉਹ, ਦੇਖੋ ਨਵਾਂ ਬੰਦਾ ਹਾਇਰ ਕੀਆ ਉਹਨੇ। ਚਾਬੀ ਅੰਦਰ ਹੀ ਰੱਖ ਦੀ ਇਹਦੀ, ਸਪਰੇ ਵਾਲਾ ਪੰਪ ਸੀਗਾ ਮੈਨੂੰ ਧੋ ਕੇ ਹਟਿਆ, ਗੰਦਾ ਹੋਇਆ ਸੀਗਾ, ਇਹਦੀ ਵੀ ਲੋੜ ਪੈਣੀ ਆਪਾਂ ਨੂੰ ਜਲਦੀ। ਆਈ ਇੰਜੋਏ ਐਵਰੀਥਿੰਗ ਦੈਟ ਆਈ ਲਵ। ਉਹ ਤੇਰੀ ਆ ਕੀ, ਇਹ ਕੀ ਥਾ, ਓਹ ਮਾਈ ਗੋਡ, ਗੋਸਟ ਐਕਟੀਵਿਟੀਜ਼ ਐਸੇ ਕੈਸੇ। ਤੇ ਖਾਦ ਪਾਉਣ ਜਾ ਰਹੇ ਹਾਂ ਇੱਧਰ, ਇੱਕ ਆ ਯੂਟਿਊਬ ਵਾਲੀ ਲੇਬਰ, ਇੱਕ ਆ ਆਪਣੀ ਦੇਸੀ ਲੇਬਰ, ਤੇ ਇੱਕ ਆ ਆਪਣੀ ਨਵੀਂ ਲੇਬਰ ਆਈ ਹੈ ਕੈਨੇਡਾ ਤੋਂ। ਇਹ ਆਪਣਾ ਛੋਟਾ ਭਰਾ ਕੈਨੇਡਾ ਤੋਂ ਆਇਆ ਹਫ਼ਤਾ ਕੁ ਪਹਿਲਾਂ, ਤੇ ਹੁਣ ਇਹਨੂੰ ਸਿੱਧਾ ਖਾਦ ਪਾਉਣ ਲਾ ਰਹੇ ਹਾਂ। ਮੈਂ ਵੀ ਕੈਨੇਡਾ ਤੋਂ ਆ ਕੇ ਪੱਕੇ ਸਿਟੀਜ਼ਨ, ਖਾਦ ਪਾ ਰਹੇ ਹੁਣ ਇੰਡੀਆ 'ਚ, ਪੰਜਾਬ 'ਚ। ਸੁੱਖੂ ਗਿਆ ਹੈ ਝੋਲੀ ਦੇਣੇ, ਮਤਲਬ ਝੋਲੀ ਜਿਸਮੇ ਖਾਦ ਡਾਲ ਕੇ ਐਸੇ ਫੇਂਕਤੇ ਹੈ, ਛਟਾ ਦਿੱਤੇ ਹੈ। ਮੈਂ ਫ੍ਰੀ ਹੂੰ ਇਸ ਟਾਈਮ ਅੰਦਰ ਯਾਰ, ਇਹ ਰੰਗ ਬਾਹਰ ਖਾਦ ਪੈ ਰਹੀ ਹੈ, ਕਿਸੇ ਕੋ ਕਿਆ ਪਤਾ। ਦੇਖੋ ਪੈ ਰਿਹਾ ਖਾਦ, ਤੇ ਤੁਹਾਨੂੰ ਮੈਂ ਦੱਸ ਰਿਹਾ ਬੰਦਾ ਕੈਨੇਡਾ 'ਚ ਪੱਕਾ ਆ ਪੀਆਰ। ਜਿਹੜੇ ਲੋਕਾਂ ਦੇ ਪੰਜਾਬ 'ਚ ਕੁਛ ਵੀ ਨਹੀਂ ਹੈਗਾ, ਕਰਨਾ ਪੈਂਦਾ ਬਰੋ, ਕੰਮ ਕਰਨਾ ਪੈਂਦਾ, ਇੱਦਾਂ ਕਰਨਾ ਪੈਂਦਾ। ਪੰਜਾਬ 'ਚ ਭਾਵੇਂ ਕੈਨੇਡਾ 'ਚ ਕੰਮ ਤਾਂ ਕੰਮ ਹੀ ਆ, ਕੰਮ ਕਰਨਾ ਪੈਂਦਾ। ਇੱਕ ਬੋਰਾ ਇਸਮੇ ਡਾਲੇਂਗੇ, ਬਾਕੀ ਇੱਕ ਉਹ ਪੜਾ ਹੈ, ਇੱਕ ਉੱਧਰ ਪੜਾ ਹੈ, ਬਾਕੀ ਫਿਰ ਟਰੈਕਟਰ ਪਰ ਲੱਦ ਕੇ ਅੱਗੇ ਵਾਲੀ ਮੋਟਰ ਉੱਪਰ ਜਾਏਂਗੇ, ਵਹਾਂ ਡਾਲਨੇ ਹੈ। ਲਓ ਜੀ, ਹਮਾਰੇ ਗੁੱਚੀ ਕੇ ਬੈਗ ਆ ਚੁੱਕੇ ਹੈ ਖਾਦ ਪਾਉਣ ਵਾਲੇ। ਹਾਂ ਵੀ ਕੈਨੇਡਾ ਕਿੱਦਾਂ? ਵਧੀਆ ਵਧੀਆ। ਸੋ ਚਲੋ ਜੀ, ਫਾਈਨਲੀ ਆਪਣਾ ਇੱਥੋਂ ਕੰਮ ਖਤਮ ਹੋ ਗਿਆ। ਉਹ ਕੈਨੇਡਾ ਵਾਲਾ ਹਜੇ ਲੱਗਾ ਹੋਇਆ ਉ੧ਰ, ਅਸੀਂ ਉਨਾ ਟਾਈਮ ਹੁਣ ਹਮ ਟਰਾਲੀ ਟਰੂਲੀ ਨਿਕਾਲੇਂਗੇ, ਖਾਦ ਲੈ ਕੇ ਜਾਏਂਗੇ ਲੱਦ ਕੇ। ਟਰਾਲੀ ਇਸ ਲਈ ਲੈ ਕੇ ਜਾ ਰਹੇ ਕਿਉਂਕਿ ਵਹਾਂ ਪੇ ਥੋੜ੍ਹਾ ਬਹੁਤਾ ਸਮਾਨ ਹੈ, ਉਹ ਲੈ ਕੇ ਆਉਣਾ ਹੈ, ਬਾਲਣ ਬੁਲਣ ਵਗੈਰਾ। ਤੋ ਉਹ ਉਸਮੇ ਲੱਦ ਕੇ ਲੈ ਕੇ ਆ ਜਾਏਂਗੇ। ਤੋ ਟਰੈਕਟਰ ਸੇ ਪਹਿਲੇ ਹਲ ਨਿਕਾਲੇਂਗੇ, ਫਿਰ ਇਸਮੇ ਟਰਾਲੀ ਮੇਂ ਡਾਲੇਂਗੇ। ਤੇਲ ਚੈੱਕ ਕਰ ਰਹੇ, ਇਸਮੇ ਤੇਲ ਤੂਲ ਹੈ ਕਿ ਨਹੀਂ। ਸੋ ਮੇਰਾ ਟਰੈਕਟਰ ਸਟਾਰਟ ਨਹੀਂ ਹੋ ਰਿਹਾ, ਇਹ ਸਰਦੀਓ ਮੈਂ ਥੋੜ੍ਹੀ ਠੰਡ ਮੰਨ ਗਿਆ, ਤੇ ਹੁਣ ਆਪਾਂ ਹਲ ਨੂੰ ਇੱਦਾਂ ਹੀ ਖੋਲ ਰਹੇ ਹਾਂ। ਅਬ ਹਲ ਕੋ ਨਿਕਾਲ ਕੇ ਸਾਈਡ ਪੇ ਕਰਨਾ ਪੜੇਗਾ ਉਠਾ ਕਰ, ਔਰ ਫਿਰ ਇਸਕੋ ਧੱਕਾ ਧੁੱਕਾ ਲਾਏਂਗੇ। ਚੱਲ ਵੀ ਕੈਨੇਡਾ ਵਾਲਾ ਤਾਂ ਬੜ ਚੜ ਗਿਆ ਤਾਂ ਬਹਿ ਗਏ, ਇੱਧਰ ਮਜ਼ਦੂਰ ਹਿੱਲਦਾ ਹੀ ਨਹੀਂ। ਥਾਂ ਦੇਖਦਾ ਇੰਨਾ ਉੱਚਾ, ਮੋਰ ਨੂੰ ਰੁੜ ਜਾਣਾ ਹਜੇ ਮਾੜਾ ਜਿਹਾ ਨੇ। ਲਓ ਬਈ, ਮੰਜ਼ਲ ਦੇ ਬਹੁਤ ਨੇੜੇ ਪਹੁੰਚ ਗਏ। ਫਾਈਨਲੀ ਹਮਾਰਾ ਟਰੈਕਟਰ ਸਟਾਰਟ ਹੋ ਗਿਆ ਹੈ, ਟਰਾਲੀ ਹਮਨੇ ਜੋੜ ਲਈ ਹੈ, ਅਬ ਇਸਕੋ ਬਾਹਰ ਨਿਕਾਲਤੇ ਹੈਂ। ਟਰੈਕਟਰ ਟਰਾਲੀ ਹਮਨੇ ਬਾਹਰ ਨਿਕਾਲ ਲਿਆ ਹੈ, ਅਬ ਯਹਾਂ ਸੇ ਹਮ ਇਸਕੋ ਖਾਦ ਲੱਦੇਂਗੇ ਇਸ ਪੇ। ਚੱਪ ਬਣਾਉਂਦਾ ਜਾਂਦਾ ਲੈ। ਅਬ ਕੈਨੇਡਾ ਟਰਾਲੇ ਬੈਕਾਂ ਨਾਲ ਹੁਣ ਟਰਾਲੀਆਂ ਬੈਕ ਕਰਨਗੇ ਮੋੜ ਦੇ। ਅਬ ਹੈ ਵੀ ਕਲਾ ਤਾਂ ਹੈ। ਸੋ ਉੱਧਰ ਵੀ ਹਮਨੇ ਖਾਦ ਉਤਾਰ ਦਿਆ, ਔਰ ਇਸ ਵਾਲੀ ਮੋਟਰ ਪੇ ਵੀ ਉਤਾਰੇਂਗੇ, ਔਰ ਇਸ ਪੇ ਫਿਰ ਉਹ ਬਾਲਣ ਪੜਾ ਹੈ ਨਾ, ਉਹ ਲੱਦ ਕੇ ਹਮਨੇ ਲੈ ਕੇ ਜਾਣਾ, ਇਸ ਲਈ ਟਰਾਲੀ ਲੈ ਕੇ ਆਏ ਹਾਂ। ਬਸ ਕਰ, ਪਾੜ ਜਾਣਾ ਇਹਨੇ। ਟਰਾਲੀ ਹਮ ਨਿਕਾਲ ਕੇ ਉਸਕੋ ਬੰਦ ਕਰ ਰਹੇ ਹੈ, ਕਿਉਂਕਿ ਅਗਰ ਬਾਅਦ ਮੇਂ ਸਟਾਰਟ ਨਾ ਹੁਆ ਤੋ ਫਿਰ ਪੰਗਾ ਜ਼ਿਆਦਾ ਹੋ ਜਾਏਗਾ। ਇਹ ਖਾਦ ਹਮ ਯਹਾਂ ਵੀ ਪਹਿਲੇ ਡਾਲੇਂਗੇ, ਉਹ ਬਾਲਣ ਉੱਧਰ ਪੜਾ ਹੈ ਨਾ, ਉਹ ਇਸ ਪੇ ਹਮਨੇ ਲੱਦਣਾ ਹੈ। ਜਿੰਨਾ ਟਾਈਮ ਹਮ ਇੱਧਰ ਖਾਦ ਪਾਏਂਗੇ, ਸੁੱਖੂ ਉੱਧਰ ਬਾਲਣ ਲੱਦ ਰਿਹਾ ਟਰਾਲੀ ਮੇਂ। ਬਹੁਤ ਵਧੀਆ ਬੇਟਾ, ਸ਼ਾਬਾਸ਼। ਆਏ ਹਾਏ, ਓਏ ਏਦਾਂ ਹੁੰਦੇ ਕੰਮ ਕਹਿੰਦੇ। ਭਾਈ ਬਾਲਣ ਵਾਲਾ ਕੰਮ ਤਾਂ ਸੁੱਖੂ ਨੇ ਕਰਤਾ। ਅਭੀ 444 ਹੋਏ ਹੈ, ਔਰ ਦੇਖੀਏ ਮੌਸਮ ਗੜਬੜਾ ਰਿਹਾ ਹੈ, ਖਤਰੇ ਕੀ ਘੰਟੀ ਵੱਜ ਚੁੱਕੀ ਹੈ। ਮੈਨੂੰ ਕੀ ਕਹਿੰਦਾ, 20 ਮਿੰਟ ਤੱਕ ਆਊਂਗਾ, ਸਾਡਾ ਸਾਰਾ ਖਾਦ ਪੈ ਚੱਲਾ। ਅਸੀਂ ਚਾਹ ਦੀ ਐਕਸਾਈਟਮੈਂਟ 'ਚ ਤੇਜ਼ ਤੇਜ਼ ਖਾਦ ਪਾਤਾ, ਸਾਰਾ ਕੰਮ ਨਿਬੇੜਤਾ ਸੁੱਖੂ ਨੇ, ਵਿੱਚੋਂ ਦੇਖੋ ਪੱਧਰਾ ਪੁੱਧਰਾ ਕਰਤਾ ਸਾਰਾ। ਉਹ ਫਾਈਨਲੀ ਆ ਗਿਆ, ਚੁਗਲੀ ਕਰ ਰਹੇ ਸੀ ਬੰਦਾ, ਸਾਹਮਣੇ ਆ ਗਿਆ। ਮੈਨੂੰ ਤੇਰੀਆਂ ਚੁਗਲੀਆਂ ਕਰ ਰਹੇ ਸੀ, ਪਰ ਹੁਣ ਦੱਸਣੇ ਤੈਨੂੰ ਬਲੌਗ 'ਚ ਦੇਖ ਲਈ, ਠੀਕ ਹੈ? ਮਿੱਠੇ ਬਣ ਜਾ ਮੂੰਹ ਤੇ। ਫਿਰ ਮੈਨੂੰ ਆ ਗਿਆ। ਇਹ ਤੇਰੀ ਤਾਰੀਫ ਕਰਕੇ ਹਟਿਆ ਸੀ, ਇਹਨੂੰ ਸਾਹਮਣੇ ਆ ਗਿਆ ਤੂੰ। ਕੀ ਹਾਲ ਆ, ਕੈਨੇਡਾ ਵਾਲੀ ਲੇਬਰ ਵੀ ਲੱਗੀ ਆ। ਪੱਤਿਆਂ ਦੇ ਫੋੜੇ ਜਾਂ ਕਿੱਦਾਂ ਹੋ ਗਏ? ਲੇਟ ਲੰਚ ਬ੍ਰੇਕ ਲੱਗਣ ਲੱਗੀ ਆ। ਮੈਂ ਕਹਿੰਦਾ ਤੈਨੂੰ ਪਚੇ ਨਾ, ਹੋਰ ਦੱਸ। ਸਿਆਲਾਂ ਦਾ ਪੰਜਾਬ ਦਾ ਮੇਨ ਪਕਵਾਨ, ਸੋਰੀ ਪਕਵਾਨ ਨਹੀਂ ਕਹਿ ਸਕਦੇ, ਸਨੈਕਸ ਕਹਿ ਸਕਦੇ ਆ ਪੰਜਾਬ ਦਾ। ਨੂਵ ਡਰਾਈਵਰ ਮੰਗਾ ਲੈ ਰਿਹਾ ਹੁਣ, ਪਿੱਛੇ ਕਰ ਥੋੜਾ, ਪਿੱਛੇ ਕਰ ਮਾੜਾ ਜਿਹਾ। ਫਾਈਨਲੀ ਹਮਾਰਾ ਯਹਾਂ ਸੇ ਕੰਮ ਖਤਮ ਹੋ ਗਿਆ ਹੈ। ਟੁੱਟੀ ਫੁੱਟੀ ਹਿੰਦੀ ਮੈਂ ਆਪਕਾ ਸਵਾਗਤ ਹੈ, ਹਮ ਤੋ ਵੈਸੇ ਹੀ ਬੋਲੇਂਗੇ। ਜ਼ੋਰ ਨਹੀਂ ਲੱਗ ਰਿਹਾ, ਮੇਰਾ ਇੱਕ ਬੰਦਾ ਕਹਿੰਦਾ ਤੇਰਾ ਜ਼ੋਰ ਲੱਗ ਰਿਹਾ ਹਿੰਦੀ ਬੋਲਣ 'ਚ, ਪੰਜਾਬੀ ਬੋਲਾਂ। ਭਰਾਵਾ ਜ਼ੋਰ ਨਹੀਂ ਲੱਗਦਾ, ਮੈਂ ਜਾਣ ਕੇ ਇੱਦਾਂ ਕਰਦਾ, ਪੰਜਾਬੀ ਤੋਂ ਹਿੰਦੀ ਕਰ ਰਿਹਾ। ਉਹ ਤੁਹਾਨੂੰ ਦੱਸੂਗਾ ਮੈਂ ਹੌਲੀ ਹੌਲੀ ਕਿਉਂ ਕਰ ਰਿਹਾ। ਆਪਣਾ ਜਿਹੜਾ ਆਹ ਦੇਸੀ ਮਾਹੌਲ ਆ, ਪੰਜਾਬ ਦਾ ਮਾਹੌਲ, ਜੋ ਬਾਹਰ ਦੇ ਲੋਕਾਂ ਤੱਕ ਪਹੁੰਚਾਈ ਤਾਂ ਵਧੀਆ ਗੱਲ ਹੀ ਆ, ਰਹਿਣ ਚੱਲਦਾ। ਇਸ ਕਰਕੇ ਜਾਣ ਬੁੱਝ ਕਰ ਬੋਲਤੇ ਹੈ, ਜ਼ੋਰ ਨਹੀਂ ਲੱਗਦਾ ਮੇਰਾ, ਜ਼ੋਰ ਇੱਥੇ ਖਾਦ ਪਾਉਣ 'ਚ ਨਹੀਂ ਲੱਗਾ ਮੇਰਾ। ਬਾਲਣ ਇਸਮੇ ਲੱਦ ਲਈ ਆ, ਹਮ
पैक यहाँ सामान पैक करके हमारा निकल जाएंगे, बालना और लदना है दूजी मोटर से। बहुत वधिया बच्चो, बहुत वधिया। इंटर्नशिप ते आए हैं बंदे कनेडा जाने तो पहला, कनेडा जाने तो पहला वाले भी इंटर्नशिप ते आते, कनेडा तो बाद वाले भी आते हैं। धुंद पै गई है, ठंड पूरी हो चुकी है, ऐन पूरी जा सिरे दी, पर आपां नूं लग रही कौन काम कर रहे हैं। इतने भी आप इस मोटर से भी काम स्टार्ट कर लगे हैं, जिन्ना होंगे जो तक विजिबिलिटी रहूगी करते हैं। उधर भी बच्चा लोग लगे हुए काम करन, काम साडा जिन्ना हो गया सगा, जिन्ना मतलब करना सीगा उन्ना तो नहीं होया, फिर भी काफ़ी हो गया। तो हुण आपां जा रहे हैं वापस पिंड घर को, मोटर पे दूसरी पे वहाँ पे ट्राली ट्रैक्टर खड़ा कर देंगे। और आहो आहो आदे लंघे भूता दे, ठंड वैसे उतो ही खड़े, ठंड हैगी है ठंड, हाँ हैगी। ਉਦਾਂ ਮਤਲਬ ਪਤਾ ਲੱਗਦਾ ਜੇ ਕੰਮ ਕਰਨ ਵਾਲੇ ਤਾਂ ਪਤਾ ਹੀ ਨਹੀਂ ਲੱਗਦਾ। ਤੈਨੂੰ ਕੈਨੇਡੇ ਦੀ ਠੰਡ ਮੁਰੇ ਠੰਡ ਕਿਹੜੀ ਲੱਗਣੀ ਹੈ, ਬਰਫਾਂ 'ਚ ਪਲਿਆ ਤੂੰ, ਬਰਫਾਂ ਦਾ ਪੁੱਤ। ਉਹ ਜਿੰਦਾ ਲਾਇਆ ਨਹੀਂ, ਉਹ ਜਿੰਦਾ ਲਾਇਆ ਨਹੀਂ, ਬਚ ਗਿਆ ਸਾਡਾ ਕੂੰਡਾ ਹੋ ਜਾਣਾ, ਕੂੰਡਾ ਹੋ ਜਾਣਾ ਥਾ ਗਾਈਸ। ਉਹ ਚੱਲਾ ਉਹ ਮਾੜਾ ਦੇਖ ਕੇ ਤੋਰੀ ਮਾਰ ਨੂੰ, ਇੱਧਰ ਦੇਖ ਕੇ ਜਿਹੜੀ ਮੋੜਦੇ ਉੱਧਰ ਨੂੰ ਮੋੜਦੇ, ਲੋੜ ਹੀ ਨਹੀਂ ਉੱਧਰ ਹੋ ਜਾਣੀ ਆ। तो चलो ट्राली हमने निकाल दिया यहाँ पे, पैरों का देखो क्या हाल हो गया जरा। आज के लिए इट्स रैप, बढ़िया सिस्टम है, रोटियां पक रही हैं। मैंने सोचा था 7 बजे ब्लॉग डाल दूंगा, पर 8 बज चुके हैं अभी अपलोड हो रहा है, थोड़ा नेट स्लो है, इसकी वजह से थोड़ा स्लो है काम। यार मैं तरह का ब्लॉग ही परसों तक अपलोड होना जाके, यार 8:30 हो चुके हैं, हजे भी 78 आ। ओ तेरी ओ धुंद देखो कितनी पै गई, इतनी धुंद में सैर करते हुए 4 गबरू। रात के 9 बज गए, वीडियो अपलोड हो गई थी अपनी, हम आप निकल आए हैं सैर से, सैर बहुत जरूरी है। रात के 10 बजे आ, कितनी धुंद है, देखो राह च बैठा और वधिया धुंद आ। आशिकां दा पुछो ना जी हाल। हैलो जन, प्रभात फेरी है हमारे पिंड में कल, प्रभात फेरी यार गड्डी नहीं मिल रही सानू, बहुत टाइम हो गया फिरदियां नूं, मतलब काम जिन्ने बिजी होने ते हुण दोबारा फिर स्किप हो गया दिमाग च वी गड्डी भी लैनी, हुण फिर दोबारा रिसर्च शुरू करनी पैनी है। ओएलएक्स ते भी नहीं बन रही गल, बाकी तुसीं दस्सो जे किसे कोल हैगी है तां दस्सो भाई, आस पास थोड़े आस पास किते वी किसे को होवे तां दस्सो। ठंड नहीं लग रही इन्नी, बाकी मैनूं लगदी वी नहीं ठंड, परसनली तौर ते दस्सां तां आ देखो मैं वाइकी पाई हुई है थले, कुछ नहीं है। आई एम हॉट बॉय, या आई एम हॉट बॉय। दो बंदे आपस डिस्कशन करी जांदे आ, एक पिछे फोन ते लगा आ ते मैं ब्लॉग च लगा, मैं कल्ले गल्लां करी ना, सारे पासे कनेडा दीआं डिस्कशन हो रही, मैनूं लगदा मैं पंजाब च कल्ला ही रह जाणा। तो आज के ब्लॉग को यहीं पे लपेट देते हैं, इस ब्लॉग को बहुत चने के लिए आपको बहुत बहुत धन्यवाद, मिलते हैं नेक्स्ट ब्लॉग में, ओके बाय।